ਬੇਨਤੀ ਹੈ, ਆਪਾਂ ਟਾਈਮ ਬੜਾ ਸੀਮਤ ਜਿਹਾ ਲਾਵਾਂਗੇ,
ਨਾ ਤਾਂ ਗਰਮੀ ਕੋਈ ਆਈ ਰਹੀ ਹੈ ਤੇ ਨਾ ਆਪਾਂ ਕੋਈ ਇਹੋ ਜਿਹਾ ਸਮਾਗਮ ਚ ਆਏ ਹਾਂ ਵੀ ਬਹੁਤੇ ਪੱਖੇ ਪੱਖਿਆਂ ਦੀ ਜ਼ਰੂਰਤ ਹੈ। ਬੇਨਤੀ ਹੈ ਵੀ ਰਹਿਣ ਦਿਓ, ਠੀਕ ਹੈ, ਬਹੁਤ ਆਨੰਦ ਹੈ। ਆਪਾਂ ਦੁੱਖ ਦੀ ਘੜੀ ਚ ਆਏ ਹਾਂ ਭਾਈ ਸਾਰੇ, ਇਸ ਵਾਸਤੇ ਬੇਨਤੀ ਪ੍ਰਵਾਨ ਕਰਿਓ। ਬਹੁਤ ਧੰਨਵਾਦ, ਤੁਸੀਂ ਸੋਚ ਰਹੇ ਹੋ ਪਰ ਨਹੀਂ, ਜ਼ਰੂਰਤ ਹੈ, ਬੇਨਤੀ ਪ੍ਰਵਾਨ ਕਰਿਓ। ਆਪਾਂ ਜਿੰਨਾ ਟਾਈਮ ਆਪਾਂ ਨੂੰ 15-20 ਮਿੰਟ ਮਹਾਰਾਜ ਬਖਸ਼ਿਸ਼ ਕਰਦੇ ਹੈ, ਆਪਾਂ ਭਾਈ ਗੁਰੂ ਦੀ ਮੱਤ ਨਾਲ ਜੁੜੀਏ ਤਾਂ ਕਿ ਸਾਡਾ ਇੱਥੇ ਆਉਣਾ ਵੀ ਸਫਲ ਹੋ ਜਾਏ ਤੇ ਬੈਠਣਾ ਵੀ ਸਫਲ ਹੋ ਜਾਏ। ਅਰਦਾਸ ਕਰੀਏ, ਉਹ ਭਾਵਨਾ ਬਣ ਜਾਏ ਕਿ ਸੱਚੇ ਪਾਤਸ਼ਾਹ ਸਾਡੀ ਅਰਦਾਸ ਪ੍ਰਵਾਨ ਕਰ ਲਵੇ। ਪਰ ਉਹ ਜਿਸ ਲਈ ਆਏ ਆ ਪਿਆਰੇ ਜੀਤ ਸਿੰਘ ਵਾਸਤੇ, ਉਹਨੂੰ ਮਹਾਰਾਜ ਚਰਨਾਂ ਤੋਂ ਵਾਸ ਬਖਸ਼ ਦੇਣ। ਇਹ ਸੰਗਤ ਦੀ ਅਰਦਾਸ ਹੋਣੀ ਹੈ ਸੰਗਤ ਜੀ, ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀਓ, ਸੰਗਤ ਵਿੱਚ ਵਾਹਿਗੁਰੂ ਵੱਸਦਾ ਹੈ, ਤੁਹਾਡੇ 'ਚ ਵੱਸਦਾ ਹੈ ਵਾਹਿਗੁਰੂ। ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਹੈ, ਆਪਣੇ ਸਾਰਿਆਂ 'ਤੇ ਵੱਸ ਰਹੇ ਹੈ। ਇਸ ਵਾਸਤੇ ਜਿੰਨੇ ਜੁੜਿਆ ਇਕਾਗਰਤਾ ਬਣਾਇਓ। ਆਪਾਂ ਬਹੁਤਾ ਟਾਈਮ ਅਜਾ ਭਚੰਗੀ ਹੈ, ਭਾਈ ਲਾਭਪ੍ਰੀਤ ਸਿੰਘ, ਉਮਰ ਇਸ ਦੀ ਬੜੀ ਛੋਟੀ ਹੈ ਸੰਗਤ ਜੀ, ਅਸੀਂ ਕਿਉਂ ਆਏ ਹਾਂ 10 ਸਿੰਘ ਪੰਜਾਬ ਤੋਂ, ਅਸੀਂ ਐਵੇਂ ਨਹੀਂ ਆਏ ਭਾਈ, ਇਹ ਬੱਚੇ ਦੇ ਪਿਆਰ ਕਰਕੇ ਆਏ ਹਾਂ, ਇਹ ਭਚੰਗੀ ਕਰਕੇ ਆਏ ਹਾਂ। ਜਿੱਥੇ ਰਹਿੰਦਾ ਨਾ, ਇਹ ਬੱਚੇ ਦਾ ਨਾਂ ਹੈ ਭਚੰਗੀ, ਬਹੁਤ ਮਹਾਰਾਜ ਦੀ ਮਿਹਰ ਨਾਲ ਰਹਿੰਦੇ ਆ, ਵਿੱਦਿਆ ਪੜ੍ਹਦੇ ਆ, ਪਰ ਇਸ ਬੱਚੇ ਦਾ ਨਾਂ ਹੈ ਕਿ ਹਾਂ ਵੀ ਲਵਪ੍ਰੀਤ ਸਿੰਘ। ਜਦੋਂ ਦਾ ਆਇਆ ਨਾ, ਹਰ ਘਰ ਨੇ ਪੁੱਛਿਆ ਵੀ ਇਹਨੂੰ ਲਵਰੂ ਕਹਿੰਦੇ ਆ, ਉੱਥੇ ਲਵਰੂ ਨੀ ਜੀ ਬਾਬਾ ਜੀ, ਲਵਰੂ ਕਿੱਥੇ? ਭਾਵੇਂ ਉਮਰ ਦੇ ਵਿੱਚ ਬੱਚਾ, ਪਰ ਗੁਣਾਂ ਦੇ ਵਿੱਚ ਪਾਤਸ਼ਾਹ ਨੇ ਜਿਹੜੀ ਇਸ ਨੂੰ ਹਲੀਮੀ ਬਖਸ਼ੀ ਹੈ, ਸਿਆਣਪ ਬਖਸ਼ੀ ਹੈ, ਆਏ ਗਏ ਹਰ ਮਾਈ ਨੂੰ, ਭਾਈ ਨੂੰ, ਵੀਰ ਬਜ਼ੁਰਗ ਨੂੰ ਪ੍ਰੇਮ ਨਾਲ ਬੁਲਾਉਣਾ, ਜਲ ਪਾਣੀ ਛਕਾਉਣਾ, ਲੰਗਰ ਪਾਣੀ ਤੋਂ ਲੈ ਕੇ ਵੀ ਬਹੁਤ ਖੂਬੀਆਂ ਇਸ ਬੱਚੇ ਦੇ ਵਿੱਚ ਜਿਹੜੀਆਂ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈਆਂ। ਪਹਿਲੀ ਵਾਰ ਜਦੋਂ ਮਿਲਿਆ ਸੀ ਨਾ ਇੱਥੇ ਦਰਸ਼ਨ ਕਰਨ ਆਇਆਂ ਨੂੰ, ਐਸੇ ਤਰੀਕੇ ਨਾਲ ਗੁਰਦੁਆਰਾ ਕਿਲ੍ਹਾ ਸਾਹਿਬ ਦੇ ਵਿੱਚ ਉੱਥੇ ਦਰਸ਼ਨ ਹੋਏ, ਇੰਨੇ ਪਿਆਰ ਨਾਲ ਮਿਲਿਆ ਇਹ ਭਚੰਗੀ। ਪਰ ਉਹੀ ਪਿਆਰ ਹੈ ਸੰਗਤ ਜੀ ਜਿਹੜਾ ਅੱਜ ਅਸੀਂ ਦਾਸ ਸਿੰਘ ਇੱਥੇ ਸਰਦਾਰ ਅਜੀਤ ਸਿੰਘ ਜੀਤ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਹਾਂ ਭਾਈ। ਅੰਮ੍ਰਿਤ ਗੁਰਬਾਣੀ ਦਾ ਮਹਾਂਵਾਕ ਹੈ ਜੋ ਆਪਾਂ ਗੁਰਮੁਖਾਂ ਤੋਂ ਵੀ ਸੁਣਿਆ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ, ਪ੍ਰਣਵਤ ਨਾਨਕ ਤਿਸ ਹੈ ਸਰੇਵੋ ਜਾ ਕੇ ਜੀ ਪੁਰਾਣਾ, ਤਿਸ ਹੈ ਸਰੇਵੋ। ਹੇ ਭਾਈ ਪ੍ਰਾਣੀਓ, ਤਿਸ ਹੈ ਸਰੇਵੋ, ਉਸ ਵਾਹਿਗੁਰੂ ਨੂੰ ਸੇਵੋ, ਸਿਮਰੋ, ਯਾਦ ਕਰੋ, ਜਾ ਕੇ ਜੀ ਪੁਰਾਣਾ, ਜਿਸ ਵਾਹਿਗੁਰੂ ਨੇ ਤੁਹਾਨੂੰ ਜੀ ਦਿੱਤਾ, ਪ੍ਰਾਣ ਸਵਾਸ ਦਿੱਤੇ ਹੈ, ਜਿਹਨਾਂ ਸਵਾਸਾਂ ਦੀ ਬਦੌਲਤ ਅਸੀਂ ਜ਼ਿੰਦਗੀ ਤੇ ਜਿੰਨਾ ਚਿਰ ਵਿਚਰਦੇ ਹਾਂ ਨਾ, ਇਹ ਵਾਹਿਗੁਰੂ ਪਰਮੇਸ਼ਵਰ ਨੇ ਨਾਨ ਕਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਰ ਸਾਰ,
ਇਹ ਗਿਣਤੀ ਦੇ ਘਾਲੇ ਦਿੱਤੇ ਹੋਏ ਆ। ਦਿਨ ਵੀ ਅਤੇ ਸਵਾਸ ਵੀ ਗਿਣਤੀ ਦੇ ਆ ਸੰਗਤ ਜੀ, ਬਹੁਤੇ ਨਹੀਂ ਹੈ। ਪਾਤਸ਼ਾਹ ਕਹਿੰਦੇ ਨਹਿ ਵਧਣ ਨਾ ਤਾਂ ਵਧੇਗਾ ਦਿਨ, ਕਿੰਨਾ ਕੁ ਤਿਲ ਸਾਰ, ਕਹਿੰਦੇ ਤਿਲ ਜਿੰਨਾ ਤਿਲ ਕਿੰਨਾ ਕੁ ਹੁੰਦਾ। ਨਹਿ ਵਧਣ ਨਹੀਂ ਵਧੇਗਾ ਦਿਨ ਬੰਦੇ ਦਾ ਤੇ ਨਹੀਂ ਵਧੇਗਾ ਸਵਾਸ ਮਨੁੱਖ ਦਾ, ਇੱਕ ਤਿਲ ਜਿੰਨਾ ਨਹੀਂ ਵਧੇਗਾ। ਨਹਿ ਵਧਣ ਤੇ ਪਾਤਸ਼ਾਹ ਕਹਿੰਦੇ ਘਟਣ ਨਾ ਘਟਣਗੀ ਤਿਲ ਜਿੰਨੇ, ਇੱਕ ਤਿਲ ਜਿੰਨਾ ਸਵਾਸ ਦਿਨ ਨਹੀਂ ਵਧੇਗਾ, ਇੱਕ ਤਿਲ ਜਿੰਨਾ ਸਵਾਸ ਦਿਨ ਨਹੀਂ ਘਟੇਗਾ। ਜਿੰਨੇ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਓਨੇ ਆਪਾਂ ਭਾਈ ਭੋਗਾਂਗੇ। ਉਹ ਕੋਈ ਸੁੱਖ ਨਾ ਭੋਗ ਜਾਏ ਭਾਈ, ਕੋਈ ਦੁੱਖ ਨਾ ਭੋਗ ਜਾਏ, ਇਹ ਆਪਣੇ ਤੇ ਆਪਣੇ ਕਰਮਾਂ ਤੇ ਹੈ। ਆਪਾਂ ਕਰਮ ਕਿਹੋ ਜਿਹੇ ਕਰਦੇ ਹਾਂ, ਜੇ ਤਾਂ ਕਰਮ ਕਰਦੇ ਆ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਅੰਮ੍ਰਿਤ ਵੇਲੇ ਉੱਠ ਕੇ ਰੱਬ ਰੱਬ ਕਰਦੇ ਆ, ਨਿਤਨੇਮ ਕਰਦੇ ਆ, ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ, ਚਾਰ ਬੱਜਰ ਕ੍ਰਿਤਾਂ ਤੋਂ ਬਚੇ ਆ, ਹੁੱਕਾ ਹਲਾ ਲੋਹ ਯਾਮ ਤਹਰਾਮ ਤੋਂ ਬਚੇ ਆ, ਪੰਜ ਕ੍ਰਿਤਾਂ ਜੋ ਹੈ ਕੜੇ ਦੀ, ਕਸ਼ਹਿਰੇ ਦੀ, ਕਿਰਪਾਨ ਦੀ, ਕੰਘੇ ਕੇਸਕੀ ਦੀ ਕਮਾਉਣੇ ਆ, ਤਾਂ ਭਾਈ ਅਸੀਂ ਗੁਰਮੁਖਾਂ, ਸਾਡੀ ਮਰਿਆਦਾ ਸਮਝੋ, ਸਾਡਾ ਜੀਵਨ ਚੰਗਾ, ਜਿਸ ਦੀ ਬਦੌਲਤ ਉਹ ਸਾਡੇ ਕਰਮ ਚੰਗੇ ਸਾਨੂੰ ਸੁੱਖ ਦੇਣਗੇ। ਜੇ ਸਾਡੇ ਕਰਮ ਮਾੜੇ ਹੈ, ਕਰਮ ਕੀ ਭਾਈ, ਕਰਮ ਕੋਈ ਹੋਰ ਨਹੀਂ, ਕਰਮ ਕੰਮ ਦਾ ਨਾਮ ਕਰਮ ਹੈ। ਜਿਹੜੇ ਕੰਮ ਅਸੀਂ ਕਰਦੇ ਹਾਂ ਉਹਨਾਂ ਨੂੰ ਕਰਮ ਕਹਿ ਦਿੰਦੇ ਹੈ। ਕਰਮ ਕੀਤਾ, ਚੋਰੀਆਂ ਕੀਤੀਆਂ, ਯਾਰੀਆਂ ਕੀਤੀਆਂ, ਸ਼ਰਾਬਾਂ ਕਬਾਬਾਂ, ਇਹ ਭਾਈ ਕੰਮ ਹੈ। ਜਦੋਂ ਕੋਈ ਇਹੋ ਜਿਹੇ ਮਾੜੇ ਕੰਮ ਕਰਨ ਲੱਗ ਜਾਵਾਂਗੇ, ਆਹ ਦੇਖੋ ਭਾਈ ਭਾਈ ਅਜੀਤ ਸਿੰਘ ਜੀ ਕੀ ਉਮਰ ਸੀ, 35-40 ਸਾਲ ਦੀ ਉਮਰ ਨਹੀਂ ਕੋਈ ਬਹੁਤੀ ਹੁੰਦੀ ਸਕਤ ਜੀ, ਕਿਹੜਾ ਕੰਮ ਲੈ ਕੇ ਗਿਆ ਇਸ ਨੂੰ, ਕਿਹੜਾ ਕੰਮ ਲੈ ਕੇ ਗਿਆ ਭਾਈ। ਕਰਮ ਸੀ ਸੰਗਤ ਜੀ, ਉਹ ਜਿਹੋ ਜਿਹਾ ਬਣਾ ਲੈਂਦੇ ਆ ਨਾ ਕਰਮ, ਮੁੜ ਕੇ ਪਹਿਲਾਂ ਹੁੰਦੀ ਹੈ ਆਦਤ, ਪਹਿਲਾਂ ਹੁੰਦੀ ਹੈ ਗਲਤੀ, ਫਿਰ ਉਹ ਆਦਤ ਬਣ ਜਾਂਦੀ ਹੈ, ਆਦਤ ਕਰਮ ਬਣ ਜਾਂਦੀ ਹੈ, ਤੇ ਕਰਮ ਹੈ ਜਿਹੜੇ ਭਾਈ ਸੰਸਕਾਰ ਬਣ ਕੇ ਜਨਮਾਂ ਜਨਮਾਂ ਦਾ ਦੁੱਖ ਦਿੰਦੇ ਹੈ। ਫਿਰ ਕਰਮ ਤਾਂ ਇਸੀ ਚੀਜ਼ ਹੈ, ਪਹਿਲਾਂ ਬੱਚਾ ਗਲਤੀ ਕਰਦਾ, ਸ਼ਰਾਬ ਕਬਾਬ ਪੀਂਦਾ, ਉਹਨੂੰ ਗਰ ਹੁੰਦਾ, ਕੁੱਟੀਏ ਘੂਰੀਏ ਕਹਿੰਦਾ ਗਲਤੀ ਹੋ ਗਈ, ਉਹ ਗਲਤੀ ਹੈ ਭਾਈ। ਫਿਰ ਉਹ ਹੌਲੀ 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 ਆਦਤ ਬਣ ਜਾਂਦੀ ਹੈ, ਉਹ ਗਲਤੀ ਦੁਬਾਰੇ ਜਦੋਂ ਕਰਦਾ ਦੂਜੀ ਵਾਰ ਤੀਜੀ ਵਾਰ, ਉਹ ਗਲਤੀ ਨਹੀਂ ਮੁੜ ਕੇ ਉਹ ਆਦਤ ਹੈ, ਉਹ ਆਦਤ ਇੰਨੀ ਪਰਪੱਕ ਹੋ ਜਾਂਦੀ ਹੈ, ਕਰਮ ਬਣ ਜਾਂਦਾ, ਕੰਮ ਬਣ ਜਾਂਦਾ। ਫਿਰ ਸਾਰਾ ਦਿਨ ਉਸੇ ਕੰਮ 'ਚ ਹੀ ਭੜਕਦਾ ਵੀ ਕਿਹੜੇ ਟਾਈਮ ਮੇਰੀ ਲੜਕ ਪੂਰੀ ਹੋਵੇ, ਮੈਂ ਕਿਹੜਾ ਕੰਮ ਕਰਾਂ ਤਾਂ ਕਿ ਮੈਨੂੰ ਸ਼ਾਮ ਨੂੰ ਸ਼ਰਾਬ ਕਬਾਬ ਮਿਲ ਜਾਏ, ਕਿਉਂਕਿ ਕੰਮ ਬਣ ਚੁੱਕਾ, ਕਰਮ ਬਣ ਚੁੱਕਾ। ਹੁਣ ਕਿਸ ਲਈ ਭੜਕਦਾ ਹੈ, ਆਪਣੇ ਬੱਚਿਆਂ ਲਈ ਨਹੀਂ, ਆਪਣੇ ਘਰ ਲਈ ਨਹੀਂ, ਹੁਣ ਆਪਣੇ ਲਈ ਭੜਕਦਾ, ਕਿਉਂ, ਕਿਉਂਕਿ ਕੰਮ ਬਣ ਚੁੱਕੀ ਹੈ ਆਦਤ, ਉਹ ਗਲਤੀ ਕਰਮ ਬਣ ਚੁੱਕੀ ਹੈ, ਉਹ ਕਰਮ ਹੁਣ ਸੰਸਕਾਰ ਬਣ ਕੇ ਭਾਈ ਫਿਰ ਜਨਮਾਂ ਜਨਮਾਂ ਦਾ ਦੁੱਖ ਦਿੰਦਾ। ਕਰਮ ਐਸੇ ਹੁੰਦੇ ਹੈ, ਤੇ ਜੇ ਇਹਨਾਂ ਕਰਮਾਂ ਨੂੰ ਕੋਈ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਗੁਰੂ ਘਰ ਜਾਂਦਾ, ਗੁਰਬਾਣੀ ਪੜ੍ਹਦਾ, ਇੱਕ ਦਿਨ ਕਦੇ ਉਹਦਾ ਇਹ ਨਿਯਮ ਖੁੰਝ ਜਾਏ, ਇਸ਼ਨਾਨ ਨਾ ਹੋਵੇ,
ਉਹਦੀ ਆਤਮਾ ਨੂੰ ਦੁੱਖ ਹੁੰਦਾ ਹੈ। ਇੱਕ ਦਿਨ ਨਿਤਨੇਮ ਨਾ ਹੋਵੇ ਉਹਨੂੰ ਦੁੱਖ ਹੁੰਦਾ, ਕਿਉਂ ਹੁੰਦਾ ਹੈ? ਕਿਉਂਕਿ ਉਹ ਕਰਮ ਬਣ ਚੁੱਕਾ ਹੈ ਉਸਦਾ। ਇਸੇ ਵਾਸਤੇ ਨਿਤ ਨੇਮ ਦਿੱਤਾ, ਨਿਤ ਨਿਤ ਕਰ ਭਾਈ, ਇਸ਼ਨਾਨ ਨਿਤ ਕਰ ਭਾਈ, ਗੁਰੂ ਘਰ ਨਿਤ ਜਾ, ਕਿਉਂ ਜਾ? ਤੇਰਾ ਕਰਮ ਬਣ ਜੇ, ਉਹ ਕਰਮ ਤੇਰੇ ਸੰਸਕਾਰ ਬਣ ਗਏ ਜਦੋਂ, ਫਿਰ ਤੈਨੂੰ ਜੀਵਨਾਂ ਦਾ ਸੁੱਖ ਮਿਲੂਗਾ। ਇਹ ਐਸੇ ਹੁੰਦੇ ਆ ਕਰਮ ਸੰਗਤ ਜੀ, ਚੰਗੇ ਕਰੀਏ ਮਾੜੇ ਕਰੀਏ ਇਹ ਸਾਡੇ ਤੇ ਡਿਪੈਂਡ ਹੈ। ਰਹਿਮਤਾਂ ਵਾਹਿਗੁਰੂ ਦੀਆਂ ਹਰ ਇੱਕ ਤੇ, ਨਨ ਘਾਲੇ ਸਭ ਦਿਵਸ ਸਾਸ, ਇਹ ਗਿਣਤੀ ਦੇ ਆ ਭਾਈ ਜਨ ਤੇ ਸਵਾਸ, ਵੱਧਦਾ ਘਟਦਾ ਤਿਲ ਜਿੰਨਾ ਵੀ ਨਹੀਂ। ਹਾਂ ਅਸੀਂ ਕਿਵੇਂ ਭੋਗਦੇ ਹਾਂ ਸਾਡੇ ਉੱਤੇ ਡਿਪੈਂਡ ਹੈ। ਅਸੀਂ ਉਹਨਾਂ ਸਵਾਸਾਂ ਨੂੰ, ਉਹਨਾਂ ਦਿਨਾਂ ਨੂੰ ਚੰਗੇ ਅਰਥ ਲਾਉਂਦੇ ਹਾਂ, ਮਾੜੇ ਅਰਥ ਲਾਉਂਦੇ ਹਾਂ, ਇਹ ਸਾਡੇ ਉੱਤੇ ਹੈ। ਜੇ ਚੰਗੇ ਅਰਥ ਲਾਉਂਦੇ ਹਾਂ, ਹੁਣ ਤੁਹਾਡੇ ਇੱਥੇ ਲੰਗਰ ਚੱਲਦੇ ਆ ਭੰਡਾਰੇ, ਨਾਨਕ ਮੱਤੇ ਤੋਂ ਗੁਰੂ ਦੀਆਂ ਸੰਗਤਾਂ ਰੀਠਾ ਸਾਹਿਬ ਦੀ ਦਾਰ ਕਰਨ ਜਾ ਰਹੀ ਹੈ, ਉੱਥੇ ਜਿਹਨੇ ਸੇਵਾ 'ਚ ਇੱਕ ਦਿਨ ਰਾਤ ਇੱਕ ਕਰ ਦਿੱਤਾ, ਇਹ ਵੀ ਕਰਮ ਹੈ ਭਾਈ ਤੁਹਾਡਾ, ਇਹ ਚੰਗਾ ਕਰਮ ਹੈ, ਫਲ ਮਿਲੇਗਾ ਤੁਹਾਨੂੰ। ਇਸ ਵਾਸਤੇ ਸੰਗਤ ਜੀ, ਕਰਮ ਜਿਹੜੇ ਆ ਇਹ ਬਣਾਈ ਦੇ ਹੈ, ਚੰਗੇ ਬਣਾਈਏ ਮਾੜੇ ਬਣਾਈਏ ਉਹ ਸਾਡੀ ਸੰਗਤ ਤੇ ਨਿਰਭਰ ਹੈ, ਕਿਹੋ ਜਿਹੀ ਸੰਗਤ ਕਰਦੇ ਹਾਂ। ਤੇ ਇਸ ਵਾਸਤੇ ਪਾਤਸ਼ਾਹ ਕਹਿੰਦੇ ਬਧੂ ਕਟੂ ਤਿੜ ਜਿੰਨਾ ਵੀ ਨਹੀਂ। ਇਹ ਜ਼ਿੰਦਗੀ ਹੈ, ਕੋਈ ਸੁੱਖ ਨਾ ਬਤੀਤ ਕਰ ਜਾਏ, ਕੋਈ ਦੁੱਖ ਨਾ, ਕੋਈ ਵਾਹਿਗੁਰੂ 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 ਕਰੀ ਜਾਵੇ, ਕੋਈ ਕਰਲਾਪ ਕਰੀ ਜਾਵੇ, ਹਾਏ ਬੂ ਕਰੀ ਜਾਵੇ, ਆਹ ਭਾਈ ਸਾਹਿਬ ਚੜ੍ਹਾਈ ਕਰ ਗਏ। ਹੁਣ ਭਾਈ ਕੋਈ ਤੈਅ ਕਰ ਲੈ, ਵਾਹਿਗੁਰੂ ਦਾ ਹੁਕਮ ਹੈ ਜੋ ਹੋ ਗਿਆ, ਜੋ ਅਸੀਂ ਕੁਛ ਨਹੀਂ ਕਰ ਸਕਦੇ ਇਸ ਵਿੱਚ। ਕੋਈ ਭੁੱਬਾ ਮਾਰੀ ਜਾਵੇ ਭਾਈ, ਤੜਫੀ ਜਾਵੇ, ਕੀ ਕਰਾਂਗੇ? ਵਾਪਸ ਆ ਜਾਣਗੇ, ਇਹ ਨਹੀਂ ਗੱਲ ਹੋਣੀ। ਹੁਣ ਇਹ ਤਾਂ ਭਾਈ ਸਾਡੇ ਉੱਤੇ ਆ ਵੀ ਅਸੀਂ ਦਿਨ ਕਿਵੇਂ ਕੱਟਣੇ ਹੈ, ਕਿਵੇਂ ਆਪਣੀ ਜ਼ਿੰਦਗੀ ਬਸਰ ਕਰਨੀ ਹੈ, ਭਾਣਾ ਮੰਨ ਕੇ ਕਰਨੀ ਹੈ, ਭੁੱਬਾ ਮਾਰ ਮਾਰ ਕੇ ਕਰਨੀ ਹੈ? ਏਦਾਂ ਹੀ ਜੀਵਨ ਸਾਡਾ ਸਾਰਾ ਹੈ ਭਾਈ, ਕੋਈ ਇਹਨੂੰ ਦੁੱਖ ਵਿੱਚ ਲੰਘਾ ਲਓ, ਕੋਈ ਸੁੱਖ ਵਿੱਚ ਲੰਘਾ ਲਓ, ਇਹ ਤਾਂ ਆਪਣੇ ਤੇ ਆ। ਬੀਤਣਾ ਓਨਾ ਜਿੰਨਾ ਲਿਖਿਆ, ਭੋਗਣਾ ਓਨਾ ਹੀ ਹੈ ਜਿੰਨਾ ਲਿਖਿਆ, ਗਿਣਤੀ ਦੇ ਆ ਸਾਰੇ ਦਿਨ ਤੇ ਸਵਾਸ ਜਿਹੜੇ ਅਸੀਂ ਭੋਗ ਰਹੇ ਹਾਂ। ਤੇ ਪਾਤਸ਼ਾਹ ਜੀ ਨੇ ਇਸੇ ਵਾਸਤੇ ਆਖਿਆ, ਹਮ ਆਦਮੀ ਹਾਂ, ਭਾਈ ਅਸੀਂ ਆਦਮੀ ਹਾਂ। ਆਦਮੀ ਆਦਮੀ ਦਾ ਅਰਥ ਮਹਾਰਾਜ ਫਿਰ ਆਪ ਹੀ ਕੀਤਾ ਗੁਰਬਾਣੀ ਅੰਦਰ, ਕਹਿੰਦੇ ਇੱਕ ਦਮੀ, ਆਦਮੀ ਦਾ ਅੱਖਰੀ ਅਰਥ ਕੀ ਹੈ? ਆਦਮੀ ਆਇਆ ਦਮ, ਇੱਕ ਦਮ, ਅੰਦਰ ਸਵਾਸ ਗਿਆ, ਬਾਹਰ ਨਾ ਆਇਆ ਤਾਂ ਵੀ ਭਾਈ ਖਾਤਮਾ ਇੱਕ ਹੈ, ਬਾਹਰ ਆ ਕੇ ਸਵਾਸ ਅੰਦਰ ਨਾ ਗਿਆ ਤਾਂ ਵੀ ਇੱਕ ਦਮ। ਹਮ ਆਦਮੀ ਹਾਂ, ਇੱਕ ਦਮੀ, ਇੱਕ ਦਮ ਦੇ ਦਮ ਟੁੱਟ ਗਿਆ, ਆਹੀ ਸਰੀਰ ਮ੍ਰਿਤਕ ਹੋ ਜਾਂਦਾ। ਮ੍ਰਿਤਕ, ਮ੍ਰਿਤਕ ਦਾ ਅਰਥ ਹੈ ਮਿੱਟੀ, ਮਿੱਟੀ ਹਿਲਦੀ ਹੈ, ਜਿੱਥੇ ਪਿਆ ਢੇਲਾ ਰੋੜਾ, ਬਸ ਜਿੱਥੇ ਡਿੱਗ ਪਿਆ ਡਿੱਗ ਪਿਆ, ਮ੍ਰਿਤਕ ਹੋ ਗਿਆ। ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ, ਜਿਉਂਦੇ ਨੂੰ ਵੀ ਮ੍ਰਿਤਕ ਆਖਿਆ ਮਹਾਰਾਜ ਨੇ, ਜੇ ਰੱਬ ਨਹੀਂ ਚੇਤੇ ਜਿਉਂਦੇ ਨੂੰ ਵੀ ਮ੍ਰਿਤਕ ਆਖਿਆ। ਤਾਂ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਉਹ ਦਮ ਦੀ ਜਿਹੜੀ ਮੋਹਲਤ ਹੈ, ਮੋਹਲਤ ਹੁੰਦੀ ਹੈ ਭਾਈ ਜਿਵੇਂ ਅਸੀਂ ਕਿਸੇ ਤੋਂ ਕੋਈ ਉਧਾਰ ਲੈਣ ਜਾਈਏ, ਹਜ਼ਾਰ ਦੋ ਦਸ ਹਜ਼ਾਰ ਵੀ ਭਾਈ ਪ੍ਰੇਮੀਆਂ ਸਾਨੂੰ ਮਾਇਆ ਚਾਹੀਦੀ ਹੈ ਇੰਨੀ ਕੁ, ਇੱਦਾਂ ਅਸੀਂ ਵਾਪਸ ਕਰ ਦਿਆਂਗੇ। ਅਸੀਂ 2018 ਦੇ ਵਿੱਚ 25 ਜੂਨ ਨੂੰ ਤੇਰੀ ਮਾਇਆ ਵਾਪਸ ਕਰ ਦਿਆਂਗੇ। ਇਹ ਹੁੰਦੀ ਹੈ ਮੋਹਲਤ। ਤੇ ਉਹ ਅਗਲਾ ਇਹ ਆਖਿਆ ਵੀ ਭਾਈ ਗੱਲ ਇਹ ਆਉਣਾ ਵੀ 12 ਵਜੇ
ਮੈਨੂੰ 12 ਵਜੇ ਤੋਂ 12 25 ਤਰੀਕ ਨੂੰ ਮੈਨੂੰ 12 ਵਜੇ ਨੂੰ ਮਾਇਆ ਚਾਹੀਦੀ ਹੈ ਭਾਈ। ਹਾਂਜੀ ਠੀਕ ਹੈ। ਇਹਨੂੰ ਕਹਿੰਦੇ ਸੰਗਤ ਜੀ ਮੋਹਤ, ਮੋਹਤ ਕਹੀਏ ਘੜੀ ਸਮਾਂ ਟਾਈਮ ਵੀ ਇਸ ਤਰੀਕ ਨੂੰ ਉਹ ਤਾਂ ਹੈ ਵੀ ਮੋਹਲਤ, 25 ਤਰੀਕ ਤਾਂ ਮੋਹਲਤ ਹੈ, ਦਿਨ ਦੇ 12 ਵਜਦੇ ਨੂੰ ਇਹ ਮੋਹਤ ਹੈ। ਮੋਹਤ ਮਾਨੇ ਘੜੀ ਟਾਈਮ, ਮੋਹਤ ਦੋ ਘੜੀਆਂ ਨੂੰ ਆਖਦੇ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੋਹਲਤ ਕਿੰਨਾ ਹੈ ਭਾਈ, ਜਿਹੜਾ ਸਾਨੂੰ ਸਰੀਰ ਮਿਲਿਆ ਇਹਦੀ ਮੋਹਲਤ ਕਿੰਨੀ ਹੈ। ਜੀਤ ਸਿੰਘ ਜੀ ਦੇ ਅੱਜ ਅੰਤਮ ਅਰਦਾਸ ਵਿੱਚ ਬੈਠੇ ਹਾਂ, ਕਿਉਂ ਬੈਠੇ ਹਾਂ, ਇੰਨੀ ਹੀ ਮੋਹਲਤ ਸੀ ਇਹ। ਉਹਦੇ 6 ਵਜੇ 7 ਵਜੇ ਜਿੰਨੇ ਵਜੇ ਚੜ੍ਹਾਈ ਕੀਤੇ, ਕਿਉਂ ਕੀਤੇ, ਕਿਉਂਕਿ ਉਹ ਮੋਹਤ ਸੀ, ਉਹਦੇ ਉਹ ਟਾਈਮ ਸੀ, ਸਮਾਂ ਸੀ ਵੀ ਭਾਈ ਇਦੋਂ ਤਿਲ ਵਧੇਗਾ ਨੀ, ਇਦੋਂ ਤਿਲ ਘਟੇਗਾ ਨੀ, ਇਹ ਪੱਕਾ ਫਿਕਸ ਟਾਈਮ ਹੈ, ਇਹ ਟਾਈਮ ਹੀ ਇਹ ਕੰਮ ਹੋਵੇਗਾ। ਉਹਨੂੰ ਕਹਿੰਦੇ ਮੋਹਤ ਸਮਾਂ, ਇਹ ਸਰੀਰ ਦੀ ਮੋਹਤ ਕਿੰਨਾ ਦਿਨ ਹੋਰ ਰਹਿਣਾ ਅਸੀਂ ਮੋਹਤ, ਔਰ ਉਸ ਦਿਨ ਜਿੱਦੇ ਅਸੀਂ ਮਰਨਾ ਉਹ ਕਿਹੜਾ ਹੋਵੇਗਾ, ਦੁਪਹਿਰ ਹੋਵੇਗਾ, ਸਵੇਰ ਹੋਏਗੀ, ਅੱਧੀ ਰਾਤ ਹੋਵੇਗੀ, ਕਿਆ ਜਨ ਹੈ ਕਿਵ ਮਰਹੇਂਗੇ, ਕੈਸਾ ਮਰਨਾ ਹੋਏ। ਇਸ ਵਾਸਤੇ ਭਗਤ ਕਹਿੰਦੇ ਭਾਈ ਇਹਦਾ ਪਤਾ ਹੀ ਨਹੀਂ ਕੀ ਜਾਣੀਏ ਕਿਵੇਂ ਮਰਾਂਗੇ, ਔਰ ਮਰਨਾ ਕਿਵੇਂ ਹੋਵੇਗਾ ਸਾਡਾ ਇਹ ਕਿਸੇ ਨੂੰ ਨਹੀਂ ਪਤਾ। ਸੰਗਤ ਜੀ ਇਹ ਨਹੀਂ ਪਤਾ, ਇਸ ਨੂੰ ਕਹਿੰਦੇ ਨੇ ਮੋਹਤ, ਮੋਹਤ ਨਾ ਜਾਣਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਮੋਹਤ ਜਿਹੜਾ ਸਮਾਂ ਮਿਲਿਆ, ਉਹ ਮੋਹਤ ਜਿਹੜਾ ਟਾਈਮ ਹੈ ਫਿਰ ਜਦੋਂ ਚੜ੍ਹਾਈ ਕਰਨਾ, ਉਹ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਜਾਣਦੇ ਭਾਈ ਵੀ ਕਿੱਦੇ ਹੈ। ਉਹ ਇੱਕ ਦਮ ਦਾ ਟਾਈਮ ਸਾਡਾ, ਇੱਕ ਦਮ ਦਾ, ਜਿਹੜਾ ਦਮ ਆਖਰੀ ਸਰਦਾਰ ਜੀਤ ਸਿੰਘ ਜੀ ਨੇ ਲਿਆ, ਉਹ ਦਮ ਦਾ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਹੈ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਪ੍ਰਣਵਤ ਨਾਨਕ, ਪ੍ਰਣਵਤ ਰੱਥ ਦਾ ਉਚਾਰਨ ਕਰਦੇ ਹੈ। ਗੁਰੂ ਨਾਨਕ ਦੇਵ ਨਿਰੰਕਾਰ ਪਾਤਸ਼ਾਹ ਨਾਨਕ ਮੱਤਾ ਸਾਹਿਬ ਦੀ ਧਰਤੀ ਤੇ ਚੌਂਕੜਾ ਲਾ ਕੇ ਪ੍ਰਣਵਤ ਨਾਨਕ ਤੇ ਸਹਸਰੇਵ ਹੋ ਭਾਈ, ਉਸ ਨੂੰ ਯਾਦ ਕਰੋ ਜਾ ਕੇ ਜੀ ਪ੍ਰਾਣਾ, ਜਿਸ ਵਾਹਿਗੁਰੂ ਨੇ ਤੁਹਾਨੂੰ ਜੀ ਦਿੱਤਾ, ਪੁਰਾਣ ਸਵਾਸ ਦਿੱਤੇ ਹੈ, ਆ ਜੀ ਦਿੱਤਾ ਭਾਈ। ਜੇ ਤੱਕ ਵੇਖਦੇ ਆ ਸੰਸਾਰ ਨੂੰ ਜੀ ਦਾਨ ਹੈ, ਇਹ ਜੀ ਦਾਨ, ਇਹ ਜੀ ਨੂੰ ਚਲਾਉਣ ਵਾਸਤੇ ਪੁਰਾਣ ਦਿੱਤੇ ਹੈ ਸਵਾਸ, ਜਿਸ ਦੀ ਬਦੌਲਤ ਜਿਸ ਦੇ ਆਸਰੇ ਇਹ ਜੀ ਜਿਹੜਾ ਵੇਖ ਰਿਹਾ ਹੈ, ਸੁਣ ਰਿਹਾ ਹੈ, ਚੱਲ ਰਿਹਾ ਹੈ, ਇਹ ਜੀ ਹੈ, ਪੁਰਾਣਾ ਆਸਰੇ ਚੱਲਦਾ ਇਹ ਜੀ। ਪਰ ਉਹ ਜੀ ਨੂੰ ਜਿਹੜੇ ਪ੍ਰਾਣ ਮਿਲਿਆ ਇਹਦਾ ਕੋਈ ਪਤਾ ਨਹੀਂ ਹੈ। ਇੱਕ ਵਾਰੀ ਕਹਿੰਦੇ ਜਦੋਂ ਗੁਰਬਾਣੀ ਦਾ ਮਹਾਂਵਾਕ ਹੈ ਪਾਤਸ਼ਾਹ ਜੀ ਦਾ ਕਿ ਭਾਈ ਪ੍ਰੇਮੀਆਂ ਚਿੰਤਾ ਤਾ ਕੀ ਕੀਜੀਐ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਠਹਿਰਾ ਨਹੀਂ ਕੋਏ। ਇੱਥੇ ਕੋਈ ਥਿਰ ਨਹੀਂ ਭਾਈ, ਕਿਉਂ ਨਹੀਂ ਥਿਰ,
ਕਿਉਂਕਿ ਇਹੋ ਮਾਰਗ ਸੰਸਾਰ ਕੋਲ, ਇਹ ਸੰਸਾਰ ਇੱਕ ਮਾਰਗ ਹੈ। ਸੰਗਤ ਜੀ ਆਪਣੇ ਘਰ ਦੇ ਮੂਹਰੇ ਆ ਮਾਰਗ ਲੰਘ ਰਹੇ ਆ, ਰਸਤਾ। ਜੇ ਇੱਥੇ ਗੱਡੀਆਂ ਖੜੀ ਜਾਣ ਫਿਰ ਕੀ ਹੋਵੇਗਾ, ਇਹ ਮਾਰਗ ਬੰਦ ਹੋ ਜਾਏਗਾ, ਲੋਕਾਂ ਦਾ ਘਰ ਚੋਂ ਨਿਕਲਣਾ ਔਖਾ ਮੁਸ਼ਕਲ ਹੋ ਜਾਏਗਾ, ਇਹੀ ਮਾਰਗ ਦੁੱਖਮਈ ਬਣ ਜਾਏਗਾ, ਸਭ ਤੋਂ ਦੁੱਖਮਈ ਮਾਰਗ ਇਹੋ ਬਣ ਜਾਏਗਾ। ਤੇ ਜੇ ਗੱਡੀਆਂ ਆਉਂਦੀਆਂ ਤੁਰੀਆਂ ਜਾਂਦੀਆਂ ਤਾਂ ਇਹੀ ਮਾਰਗ ਭਾਈ ਸੁਖਮਈ ਹੈ, ਕਿਉਂਕਿ ਮਾਰਗ ਹੈ ਗੁਜ਼ਰਨ ਵਾਸਤੇ ਹੈ। ਇਵੇਂ ਸਾਨੂੰ ਵੀ ਆਹ ਮਾਰਗ ਮਿਲਿਆ ਜੀਵਨ, ਇਹ ਮਾਰਗ ਹੈ ਭਾਈ ਜਿੱਥੋਂ ਦੀ ਅਸੀਂ ਗੁਜ਼ਰ ਰਹੇ ਹਾਂ। ਆ ਹੁਣ ਅਸੀਂ ਮਨੁੱਖਾ ਜਨਮ ਵਿੱਚ ਦੀ ਗੁਜ਼ਰ ਰਹੇ ਹਾਂ। ਆਪਾਂ ਕਹਿੰਦੇ ਨਾ ਫਲਾਨੀ ਚੀਜ਼ ਇੱਥੋਂ ਦੀ ਗੁਜ਼ਰ ਗਈ, ਲੰਘ ਗਈ। ਉਵੇਂ ਸਤਿਕਾਰਯੋਗ ਸਰਦਾਰ ਜੀਤ ਸਿੰਘ ਜੀ ਸਾਡੇ ਵਿੱਚੋਂ ਗੁਜ਼ਰ ਗਏ, ਲੰਘ ਗਏ, ਆ ਮਨੁੱਖਾ ਜਨਮ ਤੋਂ ਲੰਘ ਗਏ ਉਹ। ਇਹ ਨਾ ਮਤਲਬ ਗੁਜ਼ਰ ਜਾਣਾ। ਪਾਤਸ਼ਾਹ ਕਹਿੰਦੇ ਭਾਈ ਇਹ ਮਾਰਗ ਸੰਸਾਰ ਕੋ, ਸੰਸਾਰ ਤਾਂ ਮਾਰਗ ਹੈ, ਰਸਤਾ ਹੈ। ਤੇ ਜੇ ਮਾਰਗ ਰੁਕ ਜਾਏ, ਰੁਕ ਗਿਆ ਸੀ ਮਾਰਗ, ਹਰਨਾਕਸ਼ ਨੇ ਵਰਦਾਨ ਲੈ ਲਏ ਰੱਬ ਤੋਂ, ਦਿਨੇ ਨਾ ਮਰਾਂ ਰਾਤ ਨੂੰ ਨਾ ਮਰਾਂ, ਸ਼ਸਤਰ ਅਸ਼ਤਰ ਨਾਲ ਨਾ ਮਰਾਂ, 84 ਲੱਖ ਜੂਨ ਤੋਂ ਨਾ ਮਰਾਂ, ਅੰਦਰ ਬਾਹਰ ਨਾ ਮਰਾਂ। ਇਹ ਜਦੋਂ ਵਰਦਾਨ ਲੈਣੇ ਨਾ, ਫਿਰ ਹੰਕਾਰ ਗਿਆ, ਕਹਿੰਦਾ ਮੇਰੇ ਵਰਗਾ ਕੌਣ, ਰੱਬ ਤਾਂ ਮੈਂ ਹੈ। ਦੁਨੀਆਂ ਜਪੋ, ਜਲੇ ਹਰਨਾਕਸ਼ ਥਲੇ ਹਰਨਾਕਸ਼, ਇਵੇ ਹਰਨਾਕਸ਼ ਉਵੇ ਹਰਨਾਕਸ਼। ਮਾਰਗ ਰੁਕ ਗਿਆ, ਹਰ ਜਗ੍ਹਾ ਤੇ ਮੈਂ ਹਾਂ। ਇੱਥੋਂ ਤੱਕ ਆਪਦੇ ਪੁੱਤ ਨੂੰ ਵੀ ਫਿਰ ਰੱਬ ਨੇ ਦਿਖਾਉਣ ਵਾਸਤੇ ਨਾ, ਵੀ ਰੱਬ ਵੀ ਕੋਈ ਸ਼ਕਤੀ ਹੈ, ਰੱਬ ਉਹ ਵੀ ਕੋਈ ਸ਼ਕਤੀ ਦਾ ਨਾਮ ਹੈ। ਉਸ ਦੇ ਘਰ ਵਿੱਚ ਪ੍ਰਹਿਲਾਦ ਬਣ ਕੇ ਆਏ, ਉਹਨੂੰ ਦੱਸਣ ਵਾਸਤੇ ਕਿ ਭਾਈ ਰੱਬ ਵੀ ਹੈ, ਜਿਹਦੋਂ ਤੂੰ ਇਹ ਪਾਵਰ ਹਾਸਲ ਕੀਤੀ ਉਹ ਹੈ। ਹੰਕਾਰ ਕੀ ਹੈ? ਹੰਕਾਰ ਸੰਗਤ ਜੀ ਉਹ ਚੀਜ਼ ਦਾ ਨਾਮ ਹੈ ਜਿਸ ਦੇ ਵਿੱਚ ਰੱਬ ਭੁੱਲ ਜਾਵੇ ਵੀ ਮੈਂ ਇਹ ਜੋ ਕੁਛ ਹੋਇਆ ਇਹ ਹੁਣ ਇਹ ਮੇਰੇ ਕਰਕੇ ਹੋਇਆ। ਇਹਦਾ ਨਾਮ ਹੰਕਾਰ, ਅਹੰਕਾਰ, ਮੈਂ ਇਹ ਕਰਨ ਵਾਲਾ, ਮੈਂ ਇਹ ਕੀਤਾ, ਉਹਨੂੰ ਹੰਕਾਰ ਇਹ ਆਖਦੇ ਹੈ। ਜਦੋਂ ਇਹ ਭੁੱਲ ਜਾਵੇ ਵੀ ਇਹ ਕੁਛ ਕਰਨ ਵਾਲਾ ਕੋਈ ਹੋਰ ਹੈ, ਇਹ ਜਦੋਂ ਭੁੱਲ ਜਾਂਦਾ ਉਹ ਹੰਕਾਰ ਹੋ ਜਾਂਦਾ ਹੈ। ਫਿਰ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਫਿਰ ਕੰਡ ਕਰਦਾ ਹੈ, ਹਰ ਜੂ ਅਹੰਕਾਰ ਨਾ ਭਾਵੀ, ਇਹ ਰੱਬ ਨੂੰ ਨੀ ਚੰਗਾ ਲੱਗਦਾ। ਫਿਰ ਭਗਤ ਦੇ ਰੂਪ ਅੰਦਰ ਆਏ, ਰਾਮ 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 ਹਰ ਟਾਈਮ ਰਟਣ। ਕੌਤਕ ਵੇਖ ਲਿਆ ਇੱਕ ਬੱਚੇ ਬਚਪਨੇ ਤੇ, ਕਿਉਂਕਿ ਬਾਲਕ ਅਵਸਥਾ ਦਾ ਸੰਗਤ ਜੀ ਜਿਹੜਾ ਪ੍ਰਭਾਵ ਹੈ, ਕੋਰੇ ਕਾਗਜ਼ ਤੇ ਜਿਹੋ ਜਿਹਾ ਲਿਖ ਲਈਏ ਉਹੋ ਜਿਹਾ ਪੈ ਜਾਂਦਾ। ਬੇਨਤੀ ਸੰਗਤ ਜੀ ਕਰਾਂ, ਜਿਵੇਂ ਭਾਈ ਸਾਹਿਬ ਕਹਿੰਦੇ ਨਾ ਵੀ ਅਸੀਂ ਵੀ ਦੋਸ਼ੀ ਹਾਂ, ਸਮਾਜ ਸਮਾਜ ਭਾਵ ਮਾਂ ਬਾਪ ਅਸੀਂ ਦੋਸ਼ੀ ਹਾਂ। ਕਿਉਂ ਦੋਸ਼ੀ ਹਾਂ? ਕਹਿੰਦੇ ਇੱਕ ਬੱਚਾ ਸਕੂਲ ਗਿਆ, ਪਿੰਨ ਚੁੱਕ ਕੇ ਲੈ ਆਇਆ, ਮਾਤਾ ਨੇ ਸਾਬਾਸ ਦਿੱਤੀ, ਪੁੱਤ ਵਧੀਆ ਕੀਤਾ, ਆਪਣੇ 5 ਰੁਪਏ ਬਚ ਗਏ। ਦੂਜੇ ਦਿਨ ਕਾਪੀਆਂ ਲੈ ਆਇਆ, ਮਾਤਾ ਨੇ ਹੋਰ ਕਹਿੰਦੀ ਪੁੱਤ ਅੱਜ 50 ਰੁਪਏ ਬਚ ਗਏ। ਤੀਜੇ ਦਿਨ ਝੋਲੀ ਚੱਕ ਲਿਆ, ਮਾਤਾ ਕਹਿੰਦੀ ਪੁੱਤ ਅੱਜ ਤਾਂ 500 ਬਚ ਗਿਆ। ਚੌਥੇ ਦਿਨ ਭਾਈ ਮਿਲ ਕੇ ਹੋਰ ਏਦਾਂ ਕਰਦਾ ਕਰਦਾ, ਇੱਕ ਦਿਨ ਰਾਜੇ ਦੇ ਖਜ਼ਾਨਾ ਲੁੱਟਦਾ ਫੜਿਆ ਗਿਆ। ਰਾਜਾ ਕਹਿਣ ਲੱਗਾ ਨੂੰ ਸੂਲੀ ਦੇਵੋ, ਸੂਲੀ ਤੇ ਲੈ ਗਏ। ਕਹਿੰਦੇ ਹਾਂ ਭਾਈ ਅੰਤਮ ਤੇਰੀ ਕੋਈ ਇੱਛਾ? ਕਹਿਣ ਲੱਗਾ ਜੀ ਅੰਤਮ ਇੱਛਾ ਇਹ ਹੈ ਮੈਨੂੰ ਮੇਰੀ ਮਾਂ ਮਿਲਾ ਦਿਓ।
ਉਹਨਾਂ ਨੇ ਮਰਾ ਦਿੱਤੀ। ਕਹਿਣ ਲੱਗੇ ਲੈ ਭਾਈ ਮਿਲਣਾ ਹੁਣ ਅੰਤਮ ਟਾਈਮ ਹੈ। ਉਹ ਕਹਿੰਦਾ ਰਾਜਨ ਮੈਂ ਆਪਦੀ ਮਾਂ ਨੂੰ ਮਿਲਣ ਵਾਸਤੇ ਨਹੀਂ ਸੱਦਿਆ, ਮੈਂ ਤੈਨੂੰ ਇਹ ਦੱਸਣ ਵਾਸਤੇ ਸੱਦਿਆ ਭਾਈ ਚੋਰ ਮੈਂ ਨਹੀਂ, ਚੋਰ ਤਾਂ ਮੇਰੀ ਮਾਂ ਹੈ। ਸਮਾਜ ਦੋਸ਼ੀ ਹੈ ਸਾਰੇ ਕੀ ਸਮਾਜ। ਬੱਚੇ ਦੇ ਜਦੋਂ ਪੜਦੇ ਢੱਕਣ ਲੱਗ ਜਾਂਦੀ ਨਾ ਮਾਂ, ਜਦੋਂ ਪੁੱਤਰ ਕਹਿੰਦੇ ਰੰਬਾ ਤੇ ਮੁੰਡਾ ਚੰਡੇ ਠੀਕ ਰਹਿੰਦੇ, ਜਦੋਂ ਅਸੀਂ ਆਪਣੇ ਬੱਚਿਆਂ ਨੂੰ ਲਾਡ ਕਰਦੇ ਹਾਂ ਪਿਆਰ ਕਰਦੇ ਹਾਂ ਵਿਗਾੜਦੇ ਹਾਂ, ਜਦੋਂ ਗਲਤੀ ਕਰਦਾ ਬੱਚੇ ਨੂੰ ਘੂਰਿਆ ਹੋਵੇ ਟੁੱਟਿਆ ਹੋਵੇ ਵੀ ਹਾਂ ਵੀ ਗਲਤੀ ਕਿਵੇਂ ਕੀਤੀ, ਬੱਚੇ ਨੂੰ ਬੱਚੇ ਨਾਲ ਕਹਿੰਦਾ ਲਿਆ ਭਾਈ ਖਵਾਓ ਚੰਗਾ ਪਹਿਨਾਓ ਵਧੀਆ ਖਵਾਓ ਪਿਆਓ ਚੰਗਾ, ਪਰ ਮੁਰੰਮਤ ਵੀ ਚੰਗੀ ਕਰੋ ਜੇ ਗਲਤੀ ਕਰਦਾ, ਇਹ ਨਹੀਂ ਲਿਆਰੀ ਕਰਨੀ ਵਿਗੜਦੇ ਤਾਂ ਹੈ। ਵੱਡੇ ਹੋਏ ਬਾਪ ਦੀ ਦਾੜੀ ਤਾਂ ਪੜਦੇ ਆ, ਪੱਗ ਨੂੰ ਹੱਥ ਤਾਂ ਪਾਉਂਦੇ ਆ, ਸਮਾਜ ਜ਼ਿੰਮੇਵਾਰ ਆ ਸਕਦਾ ਜੀ ਅਸੀਂ। ਉਹ ਕਹਿੰਦਾ ਮੇਰੀ ਮਾਂ ਚੋਰ ਹੈ। ਕਹਿੰਦੇ ਕਿਵੇਂ ਚੋਰ ਹੈ ਵੀ ਹੈ ਗੁਸਤਾਖ, ਤੂੰ ਇੱਕ ਵਾਰ ਚੋਰੀਆਂ ਕਰਦਾ ਦੂਜੇ ਬੰਦੇ ਮਾਂ ਨੂੰ ਚੋਰ। ਕਹਿਣ ਲੱਗਾ ਹਾਂਜੀ ਜਿੱਦੇ ਮੈਂ ਸਕੂਲ ਵਿੱਚੋਂ 5 ਰੁਪਈਆਂ ਦਾ ਪਿੰਨ ਲੈ ਕੇ ਆਇਆ, ਜੇ ਮੇਰੀ ਮਾਂ ਉਹਦੇ ਹੀ ਮੇਰੇ ਕੰਨ ਤੇ ਲੱਪੜ ਮਾਰਦੀ ਤਾਂ ਮੈਂ ਝੋਲਾ ਨਾ ਚੁੱਕ ਕੇ ਲੈ ਆਉਂਦਾ, ਤੇ ਮੈਂ ਅੱਜ ਤੁਹਾਡੇ ਖਿਆਨੇ ਨੂੰ ਹੱਥ ਨਾ ਪਾਉਂਦਾ ਜੇ ਮੇਰੀ ਮਾਂ ਮੈਨੂੰ ਹੱਲਾ ਸੀ ਨਾ ਦਿੰਦੀ। ਇਹ ਮੇਰੀ ਮਾਂ ਦੀ ਬਦੌਲਤ ਹੈ। ਇਹ ਸਮਾਜ ਜ਼ਿੰਮੇਵਾਰ ਆ ਸਕਦੀ ਹੈ, ਭੱਜ ਨਹੀਂ ਸਕਦੇ ਜੇ ਸਾਡੇ ਬੱਚੇ ਨਸ਼ੇੜੀ ਹੈ, ਜੇ ਸਾਡੇ ਬੱਚੇ ਕੋਈ ਇਹੋ ਜਿਹਾ ਕਰਦੇ ਅਸੀਂ ਜ਼ਿੰਮੇਵਾਰ ਹਾਂ। ਸਾਡੇ 'ਚ ਕੋਈ ਕਮੀ ਰਹੀ ਹੈ, ਬੱਚਿਆਂ ਨੂੰ ਪਿਆਰ ਨਹੀਂ ਦਿੱਤਾ, ਬੱਚਿਆਂ ਨੂੰ ਸ਼ਿਸ਼ਟਾਚਾਰ ਨਹੀਂ ਸਿਖਾਇਆ, ਇਹ ਤੋਂ ਨਹੀਂ ਭੱਜ ਸਕਦੇ ਅਸੀਂ। ਤੇ ਬੱਚੇ ਨੂੰ ਹਾਂ ਜਿਹੋ ਜਿਹਾ ਬਣਾ ਲਾਂਗੇ ਉਹੋ ਜਿਹਾ ਬਣ ਜਾਏਗਾ। ਇਹ ਬੱਚਾ ਕੋਰਾ ਕਾਰਜ ਸੁਣਿਆ, ਰਾਮ ਰਾਮ ਬੜਿਆਰੀ ਰਾਮ ਦੀ ਵੇਖ ਲਈ, ਇੱਕ ਬਿੱਲੀ ਦੇ ਬਲੂਰ ਵੱਜ ਗਏ, ਆਵੇ ਦੇ ਵਿੱਚੋਂ ਰਾਮ 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 ਰਟਣ ਲੱਗ ਗਿਆ। ਇਹਦਾ ਬਾਪ ਕਹਿਣ ਲੱਗਾ ਮੇਰੇ ਘਰ ਰਾਮ ਰਾਮ ਦੀ ਰਟ, ਬੜੇ ਦੁੱਖ ਦਿੱਤੇ ਸਮਝੀ ਸਰਪਾਂ ਵਾਲੇ ਗੋਲਖੇ ਚ ਪਹਾੜੀ ਤੋਂ ਰੋਕ ਦਿੱਤਾ, ਅੱਗ ਵਿੱਚ ਵੀ ਪਾ ਦਿੱਤਾ, ਫਿਰ ਅਖੀਰ ਤੇ ਤਪਦੇ ਥੰਮ ਨੂੰ ਹੱਥ ਗਲਵੱਪੜੀ ਪਾਉਣ ਵਾਸਤੇ ਕਹਿ ਦਿੱਤਾ, ਅਖੀਰ ਤੇ ਤਲਵਾਰ ਕੱਢ ਕੇ ਵੱਢਣ ਵਾਸਤੇ ਆਪਣੇ ਪੁੱਤ ਨੂੰ, ਕਿਉਂਕਿ ਜਿਹੜਾ ਹੰਕਾਰ ਹੈ ਨਾ ਸੰਗਤ ਜੀ, ਹੰਕਾਰ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਹੰਕਾਰ ਦਾ ਜੀਵ ਜੀ ਜਿੱਥੇ ਹੰਕਾਰ ਆ ਜਾਏ ਉੱਥੇ ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਕੋਈ ਸਾਕ ਸੰਬੰਧ ਨਹੀਂ, ਉੱਥੇ ਤਾਂ ਬਸ ਅਹੰਕਾਰ ਮੈਂ ਕਰਤਾ ਹਾਂ। ਜਿੱਥੇ ਮੈਂ ਕਰਤਾ ਹਾਂ ਆਪਦੇ ਪੁੱਤ ਦਾ ਗਾਲ ਵੱਢਣ ਵਾਸਤੇ ਚੱਲ ਪਿਆ ਸੀ ਹਮਾਸ਼, ਪਰ ਜਿਹਦੀ ਰਚਨਾ ਸੀ ਨਾ ਵਾਹਿਗੁਰੂ ਨੇ ਉਹ ਥੰਮ ਵਿੱਚੋਂ ਨਿਕਲ ਕੇ ਆ ਕੇ ਕਹਿੰਦੇ ਪੱਟਾਂ ਤੇ ਰੱਖ ਲਿਆ ਤੇ ਬਦਲ ਕੀਤੇ। ਹਾਂ ਵੀ ਹਰਨਾਕਸ਼ ਹੁਣ 10 ਭਾਈ ਪ੍ਰੇਮੀਆਂ ਉਹ ਵਰਦਾਨ ਲਏ ਸੀ ਸਾਨੂੰ ਹਰਾ ਕੇ, ਇੱਕ ਦਿਨ ਤੈਨੂੰ ਅਸੀਂ ਵਰਦਾਨ ਦੇਣ ਵਾਸਤੇ ਆਏ ਸੀ, ਅੱਜ ਤੇਰੇ ਹੰਕਾਰ ਨੂੰ ਅਸੀਂ ਬਰਬਾਦ ਕਰਨ ਆਏ ਹਾਂ। ਹੁਣ 10 ਭਾਈ ਤੂੰ ਆਖਿਆ ਸੀ ਮੈਂ 84 ਲੱਖ ਜੂਤੋਂ ਨਾ ਮਿਲਾਂ ਪਰਾਂ ਮੇਰੀ ਜਿਹੜੀ ਸੰਗਤ ਜੀ
ਕਹਿੰਦੇ ਮਰ ਕਰ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਇਹਦਾ ਸਾਰੇ ਦਰਵਾਜ਼ੇ ਭੰਨ ਦਿੰਦੇ, ਕੋਈ ਦਰ ਨਹੀਂ ਰਹਿਣ ਦਿੰਦੀ ਬੰਦੇ ਦਾ, ਜਦੋਂ ਇਹ ਹੁੰਦੀ ਹੈ ਕੋਈ ਜਗ੍ਹਾ ਨਹੀਂ ਚੱਲਦਾ ਸਖਤ ਜੀ ਮੌਤ ਮੂਹਰੇ, ਵੀ ਅਸੀਂ ਆਹ ਕਰ ਲੈਂਦੇ ਜੇ ਸਾਨੂੰ ਪਤਾ ਹੁੰਦਾ ਇੱਦਾਂ, ਫਿਰ ਨਹੀਂ ਕੋਈ ਜਦੋਂ ਚੱਲਦਾ ਮੌਤ ਮੂਹਰੇ ਜਦੋਂ ਆਉਂਦੀ ਹੈ, ਇਹਨੂੰ ਕਹਿੰਦੇ ਹੋਣੀ ਜਦੋਂ ਆਉਂਦੀ ਹੈ ਨਾ, ਫਿਰ ਉੱਥੇ ਬੈਠੇ ਬੈਠੇ ਨੀ ਸਾਰੀ ਗੱਲ ਬਣਾ ਦਿੱਤੀ ਵੀ ਲੈ ਭਾਈ ਤੂੰ ਆਹ ਆਹ ਗੱਲਾਂ ਕੀਤੀਆਂ ਸੀ, ਉੱਥੇ ਬਸ ਉਹਨੇ ਟਾਈਮ 'ਚ ਸਾਰੇ ਉਹਦੇ ਵਚਨ ਇਕਰਾਰ ਪੂਰੇ ਕਰਕੇ ਨੋਹਾ ਨਾ ਪਾਉਂਦਾ ਹਰਾਸ ਨੂੰ, ਕਿਉਂਕਿ ਹੰਕਾਰੀ ਸੀ, ਹੰਕਾਰ ਨੂੰ ਮਾਰ ਪੈਂਦੀ ਹੈ, ਇਸ ਵਾਸਤੇ ਜਦੋਂ ਮਾਰਗ ਰੁਕ ਜਾਂਦਾ ਮਾਰਗ, ਉਦੋਂ ਫਿਰ ਸਖਤ ਜੀ ਹੰਕਾਰ ਪੈਦਾ ਹੁੰਦਾ, ਉਦੋਂ ਜੀਵਨ ਮੁਸ਼ਕਲ ਹੁੰਦਾ, ਨਰਕ ਵਰਗਾ ਹੁੰਦਾ, ਉਹ ਹੰਕਾਰ ਪੈਦਾ ਹੋ ਗਿਆ, ਕਿਉਂਕਿ ਰੱਬ ਵਰਗੇ ਵਰਦਾਨ ਲੈ ਲਏ ਕਿ ਮੈਂ ਹੀ ਰੱਬ ਹਾਂ, ਰਾਹ ਰੁਕ ਗਿਆ, ਇਹ ਮਾਰਗ ਰੁਕਣਾ, ਤੇ ਪਾਤਸ਼ਾਹ ਜੀ ਦਾ ਮਹਾਵਾਕ ਆ ਕਿ ਭਾਈ ਪ੍ਰੇਮੀਆਂ ਇਹੋ ਮਾਰਗ ਸੰਸਾਰ ਕੋ ਸੰਸਾਰ ਮਾਰਗ ਹੈ, ਇਹ ਤਾਂ ਏਦਾਂ ਹੀ ਭਾਈ ਜਨਮ ਹੋਈ ਜਾਂਦੇ ਦੁਨੀਆਂ ਜਾਈ ਜਾਂਦੀ ਹੈ, ਪਰ ਇੱਕ ਚੇਤੇ ਰੱਖੀ ਚਿੰਤਾ ਤਾਂ ਕੀ ਕੀਜੀਏ, ਜੋ ਅਣਹੋਣੀ ਹੋਏ ਚਿੰਤਾ ਤਾਂ ਕੀ ਕੀਜੀਏ, ਉਸ ਗੱਲ ਦੀ ਕਰੀਏ ਜਿਹੜੀ ਅਣਹੋਣੀ ਹੋ ਰਹੀ ਹੈ, ਅਣਹੋਣੀ ਅਣਹੋਣੀ ਕੀ ਹੁੰਦੀ ਹੈ ਸੰਗਤ ਜੀ, ਸਾਨੂੰ ਮਨੁੱਖਾ ਜਨਮ ਮਿਲਿਆ, ਮਨੁੱਖਾ ਜਨਮ ਕਹਿੰਦੇ ਨਾ, ਇੱਕ ਵਾਰੀ ਜਦੋਂ ਬਨਵਾਸ ਹੋ ਗਿਆ ਯੁਧਿਸ਼ਠਿਰ ਧਰਮ ਪੁੱਤਰ ਨੂੰ 14 ਸਾਲ ਦਾ, ਇਹ ਜਦੋਂ ਜੰਗਲ ਵਿੱਚ ਗਏ ਨਾ, ਪਿਆਸ ਲੱਗੀ ਹੋਈ ਬਹੁਤ ਜ਼ਿਆਦੇ, ਕਹਿੰਦੇ ਵੀ ਉਹ ਜਗ੍ਹਾ ਤੇ ਪਾਣੀ ਹੈ, ਭੀਮ ਸਿੰਘ ਕਹਿੰਦਾ ਮੈਂ ਲੈ ਕੇ ਆਉਣਾ ਤੁਸੀਂ ਬੈਠੋ, ਜਦੋਂ ਗਿਆ ਉੱਥੇ ਜਾ ਕੇ ਪਾਣੀ ਭਰਨ ਲੱਗਾ, ਉੱਥੋਂ ਇੱਕ ਆਵਾਜ਼ ਆਈ ਕਹਿੰਦੇ ਠਹਿਰ ਜਾ ਭਾਈ ਪ੍ਰੇਮੀਆਂ, ਪਾਣੀ ਨਾ ਜਲ ਨਾ ਲਈ, ਜੇ ਜਲ ਰਹੇਗਾ ਮ੍ਰਿਤੂ ਆ ਜਾਏਗੀ ਤੈਨੂੰ, ਮੇਰੀ ਇੱਕ ਸਵਾਲ ਦਾ ਜਵਾਬ ਦੇ ਮੇਰੇ ਦਾ, ਦੁਨੀਆਂ ਦੇ ਹੈਰਾਨ ਕਰਨ ਵਾਲੀ ਚੀਜ਼ ਕਿਹੜੀ ਹੈ, ਇੱਕ ਨਾ ਸਖਤ ਜੀ ਦਿਮਾਗ ਦੀ ਗੱਲ ਹੁੰਦੀ ਹੈ, ਉੱਥੇ ਜ਼ੋਰ ਨਹੀਂ ਚੱਲਦਾ ਹੁੰਦਾ, ਉਹ ਦਿਮਾਗ ਦੀ ਗੱਲ ਕੀਤੀ ਜਾਂਦੀ ਹੁੰਦੀ ਹੈ, ਇੱਕ ਹੈ ਜ਼ੋਰ ਚੱਲਦਾ ਹੁੰਦਾ ਉੱਥੇ ਦਿਮਾਗ ਨਹੀਂ ਵਰਤੀਦਾ, ਇਹ ਥਾਂ ਹੁੰਦਾ, ਹੁਣ ਭੀਮ ਸੈਨ ਕੋਲ ਦਿਮਾਗ ਨਹੀਂ ਸੀ, ਬਹੁਤਾ ਜ਼ੋਰ ਬਹੁਤ ਸੀ, ਮੌਤ ਆ ਜੂ ਮੈਨੂੰ ਐ ਕਹਿ ਕੇ ਨਾ ਪਾਣੀ ਦਾ ਭਰਨ ਲੱਗਿਆ, ਜਦੋਂ ਲੋਟਾ ਉੱਥੇ ਫਰਕ ਘੜੇ ਗਿਆ, ਦੂਜਾ ਸਹੁਦੇਵ ਗਿਆ ਅਰਜਨ ਗਿਆ, ਇਹਨੇ ਵੀ ਜਾ ਕੇ ਆਖਿਆ ਪਾਣੀ ਭਰਨ ਲੱਗਾ, ਆਵਾਜ਼ ਆਈ ਪ੍ਰੇਮੀਆਂ ਪਾਣੀ ਤਾਂ ਭਰੀ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ, ਹੈਰਾਨ ਕਰਨ ਵਾਲੀ ਚੀਜ਼ ਕਿਹੜੀ ਹੈ, ਨਹੀਂ ਮਰ ਜਾਏਗਾ, ਕਹਿੰਦਾ ਜਿੱਧਰ ਨੂੰ ਤੀਰ ਛੱਡਦਾ ਨਾ, ਜਿੱਧਰ ਨੂੰ ਇੰਦਰ ਤੱਕ ਕਰਦਾ ਮੇਰੇ ਤੀਰਾਂ ਤੋਂ, 33 ਕਰੋੜ ਦੇਵੀ ਦੇਵਤੇ ਦਾ ਮੁਖੀ, ਮੈਨੂੰ ਮੌਤ ਆ ਜਾਏਗੀ, ਲੋਟਾ ਪਾਣੀ ਚ ਡੋਇਆ ਮਰ ਗਿਆ, ਏਦਾਂ ਚਾਰੇ ਵਰਗੇ ਸੌ ਦੇਵ ਨੁਕਲ ਵਰਗੇ, ਅਖੀਰ ਤੇ ਧਰਮ ਪੁੱਤਰ ਯੁਧਿਸ਼ਠਿਰ ਜੀ ਰਹਿ ਗਏ, ਇਹਨਾਂ ਦੇ ਬੜੇ ਧਰਮ ਸੀ ਸੰਗਤ ਜੀ, ਧਰਮੀ ਮਨੁੱਖ ਸੀ, ਜਦੋਂ ਇਹ ਪਹੁੰਚੇ ਇਹਨਾਂ ਨੇ ਜਾ ਕੇ ਜਦੋਂ ਜਲ ਭਰਨ ਲੱਗੇ, ਉਧਰੋਂ ਆਵਾਜ਼ ਆਈ ਪ੍ਰੇਮੀਆਂ ਠਹਿਰ ਜਾ, ਪਹਿਲਾਂ ਮੇਰੇ ਪ੍ਰਸ਼ਨਾਂ ਦਾ ਜਵਾਬ ਦੇ, ਨਹੀਂ ਇਹੋ ਹੀ ਹਾਲ ਹੋਵੇਗਾ, ਕਹਿਣ ਲੱਗਾ ਕੀ ਪ੍ਰਸ਼ਨ ਹੈ ਜੀ, ਕਹਿਣ ਲੱਗੇ ਦੁਨੀਆਂ ਤੇ ਹੈਰਾਨ ਕਰਨ ਵਾਲੀ ਚੀਜ਼ ਕਿਹੜੀ ਹੈ, ਉਹ ਕਿਹੜੀ ਗੱਲ ਹੈ ਜਿਹੜੀ ਹੈਰਾਨ ਕਰਦੀ ਹੋਵੇ, ਹੈਰਾਨੀ ਹੁੰਦੀ ਹੋਵੇ,
ਸੁਣ ਕੇ ਯੁਧਿਸ਼ਟਰ ਕਹਿਣ ਲੱਗਾ ਜੀ ਵੀ ਮਰਨ ਮੁਰਨ ਦੀ ਗੱਲ ਤਾਂ ਕੋਈ ਹੈ ਨੀ, ਪਹਿਲਾਂ ਮਰ ਗਏ ਆ ਪਰਿਵਾਰ ਸਾਰਾ, ਰਾਜ ਭਗਤ ਨੂੰ ਬਨਵਾਸ ਮਿਲ ਚੁੱਕਾ, ਇਹਨੂੰ ਤਾਂ ਮੌਤ ਚੰਗੀ ਹੈ, ਪਰ ਤੂੰ ਸਵਾਲ ਜਿਹੜਾ ਕੀਤਾ ਇਹਦਾ ਜਵਾਬ ਇਹੋ ਹੀ ਹੈ, ਨੈਨੋ ਦੇਖਤ ਇਹੋ ਜਗ ਜਾਈ, ਨੇਤਰਾਂ ਨਾਲ ਦੇਖਦੇ ਆ ਸਾਡੇ ਪੁੱਤਰ ਧੀਆਂ ਭੈਣ ਭਰਾ ਬਜ਼ੁਰਗ ਦਾਦੇ ਪੜਦਾਦੇ ਦੁਨੀਆਂ ਤੋਂ ਜਾ ਰਹੇ ਹੈ। ਸਭ ਨੂੰ ਪਤਾ ਹੈ ਵੀ ਜਿਹੜਾ ਜਨਮ ਹੈ ਇਹਨੇ ਦੁਨੀਆਂ ਤੋਂ ਜਾਣਾ, ਆਪਣੇ ਹੱਥੀਂ ਸੰਸਕਾਰ ਕਰਕੇ ਆਉਣੇ ਆ, ਸਭ ਕੁਛ ਕਰਦੇ ਆ ਆਪਣੀ ਜ਼ਿੰਦਗੀ ਚ, ਆਪਣੇ ਤੋਂ ਵੱਡਿਆਂ ਦਾ ਸੰਸਕਾਰ ਕਰਦੇ ਆ, ਛੋਟਿਆਂ ਦਾ ਸੰਸਕਾਰ ਕਰਦੇ ਆ, ਆਪ ਨੂੰ ਵੀ ਪਤਾ ਰਹਿਣਾ ਅਸੀਂ ਵੀ ਨਹੀਂ, ਪਰ ਫਿਰ ਮੌਤ ਚੇਤੇ ਨਹੀਂ ਸਾਨੂੰ, ਇਹਦਾ ਨਾਮ ਹੈਰਾਨੀ ਹੈ, ਇਹਨੂੰ ਹੈਰਾਨੀ ਕਹਿੰਦੇ ਹੈ। ਸਭ ਕੁਛ ਪਤਾ ਹੁੰਦਿਆਂ ਆਪਣੇ ਹੱਥੀਂ ਦੁਨੀਆਂ ਨੂੰ ਖਤਮ ਕਰਦਿਆਂ, ਅੱਗਾਂ ਲਾਉਂਦਿਆਂ, ਸੰਸਕਾਰ ਕਰਦਿਆਂ, ਔਰ ਇਹ ਪਤਾ ਵੀ ਅਸੀਂ ਵੀ ਨਹੀਂ ਰਹਿਣਾ, ਇਹ ਹਾਲ ਸਾਡਾ ਵੀ ਹੋਣਾ, ਪਰ ਫਿਰ ਮੌਤ ਚੇਤੇ ਨਹੀਂ, ਯਾਦ ਨਹੀਂ, ਇਹੀ ਹੈਰਾਨੀ ਹੈ ਵੀ ਇਹ ਕਿਉਂ ਨਹੀਂ ਯਾਦ ਆਉਂਦੀ, ਹੈ ਕਿਸੇ ਨੂੰ ਯਾਦ, ਇਹਦਾ ਨਾਮ ਹੈਰਾਨੀ ਹੈ। ਇਹਨੂੰ ਪਾਤਸ਼ਾਹ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਭਾਈ ਚਿੰਤਾ ਤਾਂ ਇਸ ਗੱਲ ਦੀ ਕਰਨੀ ਚਾਹੀਦੀ ਹੈ ਜਿਹੜੀ ਅਣਹੋਣੀ, ਅਣਹੋਣੀ ਕੀ ਹੈ ਸੰਗਤ ਜੀ, ਸਾਨੂੰ ਮਨੁੱਖਾ ਜਨਮ 84 ਲੱਖ ਜੂਨ ਭੋਗਣ ਤੋਂ ਬਾਅਦ ਮਿਲਿਆ, 84 ਲੱਖ ਜੂਨ ਤੋਂ ਬਾਅਦ ਮਿਲਿਆ, ਔਰ ਇਹ ਬੀਤਦਾ ਜਾ ਰਿਹਾ, ਕਿਸੇ ਦਾ 35 ਸਾਲ, ਕਿਸੇ ਦਾ 40, ਕਿਸੇ ਦਾ 50 ਬੀਤ ਗਿਆ, ਕੋਈ 90 ਸਾਲ ਨੂੰ ਪਹੁੰਚ ਗਿਆ, ਮੌਤ ਫੇਰ ਨਹੀਂ ਚੇਤੇ, ਰੱਬ ਫੇਰ ਨਹੀਂ ਚੇਤੇ, ਇਹੀ ਅਣਹੋਣੀ ਹੋ ਰਹੀ ਹੈ। 84 ਲੱਖ ਜੂਨ ਤੋਂ ਬਾਅਦ ਫਿਰ ਕੂਕਰ ਸੂਕਰ ਦੀ ਜੂਨ ਮਿਲਣੀ ਹੈ, ਇਹ ਅਣਹੋਣੀ ਹੋ ਰਹੀ ਹੈ ਜੋ ਰੱਬ ਨਹੀਂ ਚੇਤੇ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਇਹ ਸੰਸਾਰ ਮਾਰਗ ਤੇ ਤਾਂ ਕੋਈ ਵੀ ਥਿਰ ਨਹੀਂ ਭਾਈ, ਸਭ ਨੇ ਜਾਣਾ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਸਭ ਦੀ ਵਾਰੀ ਆਉਣੀ ਹੈ, ਇੱਥੇ ਰਹਿ ਕਰਨ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਹਜ਼ੂਰ ਜੁੜੇ ਹਾਂ, ਇਸ ਜੋਦੜੀ ਲਈ ਸੱਚੇ ਪਾਤਸ਼ਾਹ ਕਿਰਪਾ ਕਰਨੀ ਆਪਣੇ ਅੰਦਰੋਂ, ਭਾਈ ਜੀਤ ਸਿੰਘ ਜੀ ਨੂੰ ਆਪਕੀ ਵਾਰ ਬਖਸ਼ ਬੰਦੇ ਕੋ ਬਹੁਰਨਾ ਭਵਜਲ ਫੇਰਾ, ਕਿਰਪਾ ਕਰਕੇ ਬਖਸ਼ ਦਿਓ, ਆਪਣੇ ਚਰਨਾਂ 'ਚ ਨਿਵਾਸ ਬਖਸ਼ ਦਿਓ, ਸੰਸਾਰ ਆਵਾਗਮਨ 84 ਚੱਕਰ ਤੋਂ ਬਚਾ ਲਿਓ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ, ਅੱਗੇ ਤੋਂ ਪਰਿਵਾਰਕ ਜੀਆਂ ਦੇ ਸਿਰ 'ਤੇ ਮਿਹਰ ਰੱਖਣੀ, ਇਹ ਅਰਦਾਸ ਮਾਂ ਦੇ ਚਰਨਾਂ 'ਚ ਸਾਰੇ ਕਰਨ ਵਾਸਤੇ ਜੁੜੇ ਹਾਂ, ਕਿਰਪਾ ਕਰਨ ਭਾਈ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।